ਇਕਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਕਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਰਦਾਰ ਇੰਦਰਜੀਤ ਸਿੰਘ ਜੀ ਕਸ਼ਮੀਰ ਤੋਂ। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਕਬਾਣੀ ਚੈਨਲ ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਿ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ। ਮੈਂ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਕਬਾਣੀ ਚੈਨਲ ਦਾ ਤੇ ਜਿੰਨੇ ਵੀ ਮੇਰੇ ਵਿਊਵਰਸ ਮੈਨੂੰ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਤਾਂ ਵੀਰ ਜੀ ਸੰਗਤਾਂ ਨੂੰ ਆਪਣੇ ਪ੍ਰਤੀ ਵੇਰਵਾ ਤੁਸੀਂ ਦੇ ਦਿਓ ਕਿਉਂਕਿ ਤੁਸੀਂ ਬਤੌਰ ਗੁਰਦੁਆਰਾ ਸਾਹਿਬ ਦੇ ਅੰਦਰ ਐਜ਼ ਅ ਮੈਂਬਰ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਕਿੰਨੇ ਸਮੇਂ ਤੋਂ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਔਰ ਕਿਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਹੁਣ ਆਪਣੀਆਂ ਸੇਵਾਵਾਂ ਦੇ ਰਹੇ ਹੋ? ਦੇਖੋ ਜੀ, ਅਸੀਂ ਪਿਛਲੇ 5 ਸਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ GPC ਬਡਗਾਮ ਦੇ ਮੈਂ ਐਜ਼ ਅ ਮੈਂਬਰ ਮੈਂ ਸੇਵਾ ਨਿਭਾ ਰਹੇ ਹਾਂ ਅਤੇ ਪਿਛਲੇ 1.5-2 ਸਾਲ ਤੋਂ ਅਸੀਂ ਕਾਫੀ ਸੇਵਾ ਚੱਲ ਰਹੀ ਹੈ। ਜਿਹੜੀ ਸਾਡੀ ਕੋਵਿਡ ਵਾਲੰਟੀਅਰਿੰਗ ਗਰੁੱਪ ਚੱਲ ਰਿਹਾ ਜਿਹਦੇ ਅਸੀਂ ਜੀ ਬੜੀ ਸ਼ਿੱਦਤ ਦੇ ਨਾਲ ਸੇਵਾ ਕਰ ਰਹੇ ਹਾਂ। ਇਸ ਜਿਹੜਾ ਕੋਵਿਡ ਵਾਲੰਟੀਅਰਿੰਗ ਗਰੁੱਪ ਹੈ ਇਹਦੇ ਵਿੱਚ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਇਹਦੇ ਵਿੱਚ ਸ਼ਾਮਿਲ ਹਨ, GPC ਸ੍ਰੀਨਗਰ, GPC ਬਡਗਾਮ ਅਤੇ ਨਾਲ ਹੀ ਬਾਕੀ ਵੀ ਜਿਹੜੀ ਕਮੇਟੀਆਂ ਸਾਡੇ ਨਾਲ ਇਹਦੇ ਨਾਲ ਸਹਿਯੋਗ ਚਲਾ ਰਹੀਆਂ ਹਨ। ਤੇ ਨਾਲ ਹੀ ਸਾਡੇ ਇਹਦੇ ਵਿੱਚ ਗੁਰੂ ਹਰਕ੍ਰਿਸ਼ਨ ਜੀਵਨ ਜੋਤ ਸੋਸਾਇਟੀ ਹੈ ਉਹ ਵੀ ਆਪਣਾ ਰੋਲ ਪਲੇ ਕਰ ਰਹੀ ਹੈ ਤੇ ਨਾਲ ਜਿਹੜਾ ਆਪਣਾ ਯੂਨਾਈਟਿਡ ਸਿੱਖ ਫੰਡ, USF, ਹੋਰ ਵੀ ਕੋਮਲ ਲਾਇਬ੍ਰੇਰੀ, ਹੋਰ ਵੀ ਬਾਕੀ ਜਿੰਨੇ ਵੀ ਸੰਸਥਾ ਹਨ ਇਹ ਸਾਡੇ ਮਿਲ ਸਾਡੇ ਇਕੱਠੇ ਹੋ ਕੇ ਇੱਕ ਗਰੁੱਪ ਨਾ ਕੋਵਿਡ ਵਾਲੰਟੀਅਰਿੰਗ ਗਰੁੱਪ, ਇਹਦੇ ਵਿੱਚ ਅਸੀਂ ਕੋਈ GPC ਜਾਂ ਕੋਈ ਕੋਈ ਸੰਸਥਾ ਨਹੀਂ ਹੈ, ਖਾਲੀ ਕੋਵਿਡ ਵਾਲੰਟੀਅਰਿੰਗ ਗਰੁੱਪ ਦੇ ਨਾਂ ਤੇ, ਅੰਡਰ ਦੇ ਬੈਨਰ ਆਫ ਕੋਵਿਡ ਵਾਲੰਟੀਅਰਿੰਗ ਗਰੁੱਪ ਦੇ ਨਾਂ ਤੇ ਅਸੀਂ ਚਲਾ ਰਹੇ ਹਾਂ ਪਿਛਲੇ 1.5 ਸਾਲ ਤੋਂ ਜਦੋਂ ਕੋਵਿਡ ਜੀ ਸਟਾਰਟ ਹੋਇਆ। ਜੀ ਔਰ ਕੀ ਸਾਰੇ ਇੱਥੇ ਮਿਲ ਕੇ ਹੀ ਆਪਣੀਆਂ ਜਿੱਦਾਂ ਅਲੱਗ ਅਲੱਗ ਸੰਸਥਾਵਾਂ ਨੇ ਔਰ ਤੁਹਾਡੀ ਇੱਕ ਸੰਸਥਾ ਹੈ ਜਾਂ ਗੁਰਦੁਆਰਾ ਪ੍ਰਬੰਧਕ ਦੇ ਵੱਲੋਂ ਜਿੱਦਾਂ ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਐਜ਼ ਅ ਮੈਂਬਰ ਉੱਥੇ ਸੇਵਾਵਾਂ ਦੇ ਰਹੇ ਹੋ ਆਪਣੀਆਂ, ਉਹਨਾਂ ਦੇ ਜੀ ਰਾਹੀਂ ਤੁਸੀਂ ਸੇਵਾਵਾਂ ਦਿੰਦੇ ਹੋ ਜਾਂ ਇਹ ਤੁਹਾਡੀ ਇੱਕ ਵਲੰਟੀਅਰ ਦੀ ਵੱਖਰੀ ਸੰਸਥਾ ਹੈ ਕੋਈ? ਨਹੀਂ ਨਹੀਂ ਇਹਦੇ ਵਿੱਚ ਜਿਹੜੀ ਵਾਲੰਟੀਅਰਸ ਹੈ ਨਾ ਇਹਦੇ ਸਾਰੀਆਂ ਕਮੇਟੀਆਂ ਇਕੱਠੇ ਮਿਲ ਕੇ, ਸਾਰੇ ਜਿਹੜੀ ਜਥੇਬੰਦੀਆਂ ਨੇ ਸਾਡੇ ਉਹ ਸਾਰੇ ਹੀ ਮਿਲ ਕੇ ਇੱਕ ਨਾ ਕੋਵਿਡ ਵਾਲੰਟੀਅਰਿੰਗ ਗਰੁੱਪ ਹੈ ਜਿਹਨੂੰ ਅਸੀਂ ਚਲਾ ਰਹੇ ਹਾਂ। ਪਿਛਲੇ ਕੋਵਿਡ ਦੇ ਕਰਕੇ ਜਿਹੜਾ ਸਾਡਾ ਇੱਕ ਗਰੁੱਪ ਜਿਹੜਾ ਵਾਲੰਟੀਅਰਿੰਗ ਗਰੁੱਪ ਸਟੈਂਡ ਕੀਤਾ ਪਿਛਲੇ ਸਾਲ ਮਈ ਤੋਂ ਚੱਲਦਾ ਪਿਆ, ਅਪ੍ਰੈਲ ਮਈ ਤੋਂ ਚੱਲਦਾ ਪਿਆ ਜਦੋਂ ਤੋਂ ਲਾਕਡਾਊਨ ਇੰਪੋਜ਼ ਹੋਇਆ ਸੀ ਆਲ ਓਵਰ ਇਨ ਇੰਡੀਆ ਵਿੱਚ, ਤੋ ਉਦੋਂ ਤੋਂ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਜੀ। ਸਾਰੇ ਹੀ ਮਿਲ ਕੇ ਸੇਵਾ ਨਿਭਾ ਰਹੇ ਹਾਂ, ਜਿੰਨੇ ਵੀ ਡਿਸਟ੍ਰਿਕਟ ਸਾਡੇ, ਬਡਗਾਮ ਹੈ, ਬਾਰਾਮੁੱਲਾ ਹੈ, ਸ਼੍ਰੀਨਗਰ ਹੈਗਾ, ਅਨੰਤਨਾਗ ਹੈਗਾ, ਪੁਲਵਾਮਾ ਹੈਗਾ, ਤੋ ਅਸੀਂ ਸੇਵਾ ਨਿਭਾ ਰਹੇ ਹਾਂ ਜੀ। ਜੀ ਔਰ ਕਿ ਮਤਲਬ ਕਿ ਕੋਵਿਡ ਦੇ ਦੌਰਾਨ ਕਿਹੜੀਆਂ ਕਿਹੜੀਆਂ ਸੇਵਾਵਾਂ ਵਾ ਜਿਹੜੀਆਂ ਤੁਹਾਡੇ ਇੱਥੇ ਸੰਸਥਾਵਾਂ ਦੇ ਰਾਹੀਂ ਦਿੱਤੀਆਂ ਜਾਂਦੀਆਂ ਨੇ? ਬਿਲਕੁਲ ਬਿਲਕੁਲ ਦੇਖੋ ਜੀ, ਤੁਹਾਨੂੰ ਦੱਸਦੀ ਹੈ ਅਸੀਂ ਸਾਡੀ ਨੌਲੇਜ ਦੇ ਵਿੱਚ ਜਿਹੜੇ ਸਾਡੇ ਵਿਊਵਰਸ ਦੇਖ ਰਹੇ ਹਨ ਤੇ ਜਦੋਂ ਦਾ ਲਾਕਡਾਊਨ ਹੋਇਆ ਸੀ ਲਾਸਟ ਈਅਰ ਤੋਂ ਜਿਹੜੇ ਸਾਡੇ ਜਿਹੜੇ ਬੰਦੇ ਫਸ ਗਏ ਦੀ ਸੀ ਜੰਮੂ ਦੇ ਵਿੱਚ ਤੇ ਉਹਨਾਂ ਨੂੰ ਜਦੋਂ ਸ੍ਰੀਨਗਰ ਆਉਣਾ ਪਿਆ ਤੇ ਉਹਨਾਂ ਨੂੰ ਫਿਰ ਪਹਿਲੇ ਕੁਆਰੰਟੀਨ ਕਰਨਾ ਜਾਂਦਾ ਸੀ, 14 ਦਿਨ ਵਾਸਤੇ ਕੁਆਰੰਟੀਨ ਪੀਰੀਅਡ ਹੁੰਦਾ ਸੀ ਤੇ ਕੁਆਰੰਟੀਨ ਪੀਰੀਅਡ ਦੇ ਵਿੱਚ ਸਾਡੇ ਜਿਹੜੇ ਬੰਦੇ ਆਉਂਦੇ ਸੀ ਵੱਖ ਵੱਖ ਥਾਵਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਉਹਨਾਂ ਨੂੰ ਲੰਗਰ ਦੀ ਸੁਵਿਧਾ ਜਿਹੜੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰੋਵਾਈਡ ਕਰਦੇ ਸੀ ਉਹ ਲੰਗਰ ਦੀ ਸੇਵਾ ਅਸੀਂ ਨਿਭਾ ਰਹੇ ਸੀ। ਫਿਰ ਉਦੋਂ ਬਾਅਦ ਲੰਗਰ ਚੱਲ ਰਿਹਾ ਸੀ, ਬੜੀ ਆਰਾਮ ਦੇ ਨਾਲ ਚਲਾ ਰਹੇ ਸੀ ਅਸੀਂ। ਇਸ ਵਕਤ ਤੱਕ ਜਿਹੜਾ ਅਸੀਂ ਜਿਹੜਾ ਮੀਲ ਅਸੀਂ ਕਹਾਂਗੇ, ਕਿਉਂਕਿ ਲੰਗਰ ਤੇ ਨਹੀਂ ਕਹਾਂਗੇ ਮੀਲ ਕਹਾਂਗੇ, ਕਿਉਂਕਿ ਹੁਣ ਇਸ ਵਿੱਚ ਅਸੀਂ ਇਹਨਾਂ ਨੂੰ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਵੀ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਇਹਦੇ ਵਿੱਚ। ਤੇ ਇਸ ਵਕਤ ਤੱਕ ਅਸੀਂ ਜਿਹੜਾ ਲੰਗਰ ਪ੍ਰੋਵਾਈਡ ਜਿਹੜਾ ਮੀਲ ਪ੍ਰੋਵਾਈਡ ਕੀਤਾ 7,473 ਬੰਦਿਆਂ ਨੂੰ ਅਸੀਂ ਪ੍ਰੋਵਾਈਡ ਕੀਤਾ ਹੈ ਤੇ ਜਿਹਦੇ ਵਿੱਚ ਅਸੀਂ ਸੈਨੀਟਾਈਜੇਸ਼ਨ ਦਾ ਵੀ ਪ੍ਰੋਗਰਾਮ ਰੱਖਿਆ। ਉਦੋਂ ਬਾਅਦ ਕੀ ਹੋਇਆ ਕਿ ਜਦੋਂ ਫਿਰ ਕੋਵਿਡ ਵਧਣ ਸ਼ੁਰੂ ਹੋ ਗਿਆ ਤੇ ਸਾਡੇ ਜਿਹੜੇ ਡਾਕਟਰ ਸੀ ਤੇ ਉਹਨਾਂ ਦਾ ਕੈਪਰੀਐਂਸ਼ਨ ਸੀ ਕਿ ਸਾਡੇ ਅਸੀਂ ਸਾਰੇ ਇਕੱਠੇ ਹੋ ਕੇ ਬਈ ਕੋਵਿਡ ਹਾਲਾਤ ਖਰਾਬ ਹੋਤੇ ਜਾ ਰਹੇ ਨੇ ਤੇ ਸਾਨੂੰ ਚਾਹੀਦਾ ਕਿ ਇੱਕ ਥੋੜ੍ਹੀ ਜਿਹੀ ਤਿਆਰੀ ਕਰੀਏ ਜਿਹਦੇ ਵਿੱਚ ਅਸੀਂ ਆਪਣੀ ਕੋਵਿਡ ਨੂੰ ਬਚਾ ਸਕੀਏ। ਤੇ ਉਹਦੇ ਵਿੱਚ ਅਸੀਂ ਫਿਰ ਡਾਕਟਰ ਜਿਹੜਾ ਸਾਡੇ ਗਰੁੱਪ ਸੀ ਇਹਦੇ ਵਿੱਚ ਡਾਕਟਰ ਮੇਜਰ ਰੋਲ ਪਲੇ ਕਰ ਰਹੇ ਨੇ, ਡਾਕਟਰ ਵਿਕਰਮ ਸਿੰਘ ਜੀ ਹੈਗੇ, ਡਾਕਟਰ ਜਸਵਿੰਦਰ ਸਿੰਘ ਜੀ ਆ ਕੇ, ਡਾਕਟਰ JB ਸਿੰਘ ਜੀ ਹੈਗੇ, ਡਾਕਟਰ ਬਲਵਿੰਦਰ ਜੀ ਹੈਗੇ ਬਾਰਾਮੁਲਾ ਤੋਂ, ਡਾਕਟਰ ਹਰਦੀਪ ਸਿੰਘ ਜੀ ਹੈਗੇ, ਹੋਰ ਵੀ ਜਿਤਨੇ ਸਾਡੇ ਡਾਕਟਰਸ ਨੇ ਸਾਰੇ ਮਿਲ ਕੇ ਇਹ ਸੇਵਾ ਨਿਭਾ ਰਹੇ। ਚਾਹੇ ਉਹਨਾਂ ਨੂੰ ਅਸੀਂ ਮੈਡੀਕਲ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ, ਚਾਹੇ ਅਸੀਂ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰ ਰਹੇ ਹਾਂ, ਚਾਹੇ ਉਸਨੂੰ ਅਸੀਂ ਉਹਨਾਂ ਨੂੰ ਗਾਈਡਲਾਈਨਸ ਪ੍ਰੋਵਾਈਡ ਕਰ ਰਹੇ ਹਾਂ ਕੋਵਿਡ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ, ਤੇ ਫ੍ਰੀ ਮੈਡੀਸਿਨ ਵੀ ਅਸੀਂ ਪ੍ਰੋਵਾਈਡ, ਜਿਹੜੇ ਲੋੜਵੰਦ ਹਨ ਸਾਡੇ ਅਸੀਂ ਉਹਨਾਂ ਨੂੰ ਘਰ ਜਾ ਕੇ ਦਵਾਈਆਂ ਵੀ ਪ੍ਰੋਵਾਈਡ ਕਰ ਰਹੇ ਹਾਂ ਤੇ ਲਾਸਟ ਔਰ ਨਾਲ ਵੀ ਨਾਲ ਜਿਹੜੇ ਸਾਡੀਆਂ ਡੈਥਾਂ ਵੀ ਹੋ ਰਹੀਆਂ ਉਹਨਾਂ ਨੂੰ ਕ੍ਰਿਮੇਸ਼ਨ ਵੀ ਚੱਲ ਰਿਹਾ।
जी, और किस तरह मतलब लोग तुहाडे तक जिहड़े नीडी लोग ने किदा कॉन्टेक्ट करदे ने, कि कोई नंबर जारी तुहाडे राही कीते जांदे ने, कोई ग्रुप बनाए गए ने? देखो जी, असी एक ना साडा एक कश्मीर कोविड वॉलंटियर ग्रुप चल रहा, उहदे विच नंबर साडा चल रहा, एक हेल्पलाइन नंबर साडा हैगा, असी वो नंबर सारे ग्रुपां च पाया होया है। उहदे विच जिहड़ी वो जिहड़ा भी सानू कोई कॉल पहले साडे वॉलंटियर ग्रुप ते अपना कस्टमर केयर ते आ जांदे, कस्टमर केयर तो बाद जिहड़ी कॉल असी ट्रांसफर कर देंदे डॉक्टर साहिबां नू, क्योंकि डॉक्टर साहब जिन्ने फिर बिजी भी होंगे अपने ड्यूटी दे करके, फिर शाम को जिहड़ी जिहड़ी एमरजेंसी होंगी है तो फिर डॉक्टर साहब उन्होंने थ्रू कॉन्फ्रेंस कॉल उन्होंने दस दें कि भाई किस टाइप की दवाई तुम्हें लेनी चाहिए है, सैचुरेशन की आ रही है, थोड़ी कड़ी दवाई है, फीवर है, बिल्कुल वो जिहड़ी गाइडलाइनस है वो डॉक्टर साहब उन्होंने प्रोवाइड करते हैं जी फोन पर। बिल्कुल। और हुण तुहाडी नॉलेज दे विच किन्ने वॉलंटियर्स इस समय कश्मीर दे अंदर काम कर रहे ने, देखो जी संस्थावां साड़ी दे? बिल्कुल बिल्कुल जिहड़ा साडा एक ग्रुप है घट्टो घट्ट इहदे विच 25-30 बंदे साडे जिहड़े वॉलंटियरिज्म ग्रुप ये काम कर रहे हैं। इस जिहड़ा जिहड़ा साडा एक ग्रुप है इहदे विच सिर्फ दसवंत ही जिहड़े जिहड़ा साडी दसवंत है उही है जिहड़ी सेवा आ रही है, अच्छी कंट्रीब्यूशन भी आ रही है। इस वक्त साडे कोल ऑक्सीजन कंसंट्रेटर भी अच्छे काफ़ी कोई 10-15-20 रखे हैं साडे, असी ते नाल ही सिलेंडर भी साडे कोल, ऑक्सीजन सिलेंडर भी साडे कोल पए हैं कि साडे किते लोड़वंदां कोलों पै जाए। इस वक्त तक जिहड़ी जिहदी हालात ज़्यादा खराब हो जाती है फिर उन्होंने हॉस्पिटल ही लिया जाता है, बट जो स्टेबल हो जिन्होंने ऑक्सीजन घर में ही जरूरत पवे तो उन्होंने असं प्रोवाइड कर लेंगे। तो सब तो बड़ी चीज़ ये देखी है कि लास्ट ईयर तो जो भी स्टार्ट होया कोविड, जो किसी की डैथ हो जाती सी क्योंकि जिन्होंने घर वाले भी छड़ जाते, फिर साढ़े कोविड वॉलंटियरिज ग्रुप जड़े से वो इन्हों का क्रिमेशन करते सी। ते जी अज तक तुम देखो 1 साल तो हो गया सानू, 1-1.5 साल हो गया सानू ये जो कोविड वॉलंटियरी ग्रुप चल रहा है, ते बड़ी बखूबी नाल सेवा निभा रहे साडे वॉलंटियर जिहड़े ने, मैं उन्होंने सल्यूट करता हाँ कि जिन्होंने बड़ी अच्छी तरीके नाल सेवा निभा रहे बच्चे साडे, चाहे रात दे 12 बजे कॉल आ जाए, चाहे दिन दे 1 बजे कॉल आए, चाहे जिस वक्त सवेरे शाम कॉल आ जाए, ते हर बेखूबी असी उन्होंने जिहड़ा है कि जिहड़ी भी साडे तो मदद हो सकती है, किसी नूं हॉस्पिटल पहुँचाना, किसी नूं ऑक्सीजन सिलेंडर ले जाना, किसी का सैनिटाइजेशन करना, ते असी वो बखूबी सेवा निभा रहे हैं। मैं तुहानूं एक चीज़ दी ओह तुहाड़ी नॉलेज विच होर भी ऐड करना चाहता जी कि जरूर। जिहड़े लास्ट ईयर तो लैके जिन्हां नूं सैनिटाइज कीता, जिन्हां फैमिलियां सी तो जदों निगेटिव हो जांदे सी ते फिर असी उहनां दे घर वालियां नूं सैनिटाइज करदे सी, हॉस्पिटलाइज जिहड़े साडे पेशेंट सी 14 बंदे जिहड़े सी जिन्हां नूं असी पेड क्वारंटीन कीता सी, क्योंकि जदों क्वारंटीन सेंटर फुल हो गए थे सी ते फिर साडी जिहड़ी जिम्मेवारी रहिंदी सी कि इहनां नूं क्वारंटीन कीता जाए, फिर उहदे विच असी पेमेंट करदे सी। फिर जिहड़े टोटल अज तक साढ़े पॉजिटिव केस इन 1041, जिहड़ियां डैथां हुई इस वक्त तक 73 डैथ्स, 69 साढ़े सरदार सी ते 4 बंदे जिहड़े साढ़े हिंदू बरादरी दे, चाहे चाहे वह किसी होर दे नाल तरीके नाल किसी डैथ हुई, ते असी इन्हां दा क्रिमेशन भी कीता। ते इहदे विच जिहड़ा लंगर असी प्रोवाइड करदे सी, लंगर खाली सरदारां नूं नहीं असी प्रोवाइड करदे सी, जिहड़ी भी साढ़े चाहे हिंदू वीर सी, चाहे कोई अपना होर भी किसी धर्म दा सी, ते उन्होंने असं लंगर प्रोवाइड करते, जात पात किसी ने नहीं देखा, जिंद भी जरूरत थी असं उन्होंने लंगर प्रोवाइड करते सी, उन्होंने क्रिमेशन भी करते सी असं, ते कर भी रहा तो जी अगे तो करा। जी और अगर गल की जाए कश्मीर के मौजूदा हालातों की, तो कोविड नू लैके की मौजूदा हालात ने कश्मीर के, तुहानू लगता है कि हुण जिहड़ी कंडीशन है, जो हालात ने कंट्रोल दे विच आ रहे ने हौली हौली, देखो अली दे कुछ मौजूदा कह नहीं की स्थिति? सकते, देखो अली कुछ कह नहीं सकते, अली पीक ते शायद कह रहे 1-2 हफ्ते होर लगेगा पीक तक, ते उदों बाद ही देखा जाएगा की होएगा, बट साड़ी परसों दी एक मीटिंग हुई सी, असी फुल तैयारी की है कि असी पूरा कोशिश आ कि असी साड़ी कम्युनिटी नू बचाना किसी हद तक बचाना, क्योंकि परसों ही साड़ी एक मीटिंग सी जिहदे विच साड़ी अच्छी कंट्रीब्यूशन भी हुई, जिहदे सिख साहिब सभा वाले ने भी सेवा की है 5 लाख की, गुरुद्वारा प्रबंधक कमेटी ने भी 5 लाख की सेवा की है, गुरु हरकृष्ण जीवन जोत सोसाइटी वाले ने भी 5 लाख की है, जिहड़ी साड़ी श्रीनगर दे विच मोहल्ला कमेटी है उन्होंने भी लख लख दो दो लख की जिहड़ी कंट्रीब्यूशन की है। इस वक्त जिहड़े कोल साड़ी स्टॉक पोजिशन है बिल्कुल सफिशेंट स्टॉक पोजिशन है कि असी किसी नूं भी किसी भी डिजास्टर नूं फेस कर सकते हैं, बाकी फिर रब तक है जिहड़ी जिंदगी है वो तो रब तक ही है देनी, ते जितना मतलब साड़ी जी जिहड़ी कोशिश है कि असी कोशिश कर रहे हैं कि असी अपने जिहड़े बंदियां नूं बचाउण दी कोशिश करें। नाल ही नाल मैं तुहाडे एक चैनल इस एक बानी चैनल तो एक मैसेज भी अपने वीरां नूं देना चाहुंदा कि भाई जिन्ने भी हो सकते कि वैक्सीनेट करो अपने आप नूं, क्योंकि इस दे विच ना वैक्सीनेट ही सानूं एक बचा सकता है,
कि ओ दे विच वैक्सीन एक एक बेनीफिट है कि ओ दे विच सिवेरिटी नहीं आती, जो बंदा पॉजिटिव भी हो जाएगा बट सिवेरिटी नहीं होती। जी ते ए तुहाडे चैनल दे राही जिहड़े भी वीर मैनू इस वक्त बाद देख रहे हैं इस प्रोग्राम नू, मैं उन्हां नू बेनती करदा कि जितनी हो सकदा कि अपने आप नू वैक्सीनेट कराओ, क्योंकि वैक्सीनेट ही सानू बचा सकदा है, और कुछ नहीं बचा सकदा। बाकी जिहड़ी सेवा सी देखो हुण बाकी होस्पिटल दे विच साडे वीर इस वक्त तुसीं यकीन करोगे कि 52 बंदिआं नू साडे सवेरे भी लंगर जांदा ते शामे भी लंगर जांदा जिहड़े होस्पिटल दे विच आ, ते असीं लंगर फुल प्रोवाइड कर रहे, जिहड़ा असीं साडा मील है उह फुल प्रोवाइड कर रहे हां जी। जी और पूरे लंगर दी सेवावां वॉलंटियर्स दे राही कीतीआं जांदीआं ने, और किस जगह दे उत्ते लंगर तैयार कीता जांदा है? इत्थे तुसीं देखो निर्माण कॉम्पलैक्स है, निर्माण कॉम्पलैक्स दे विच असीं बाहर गुरुद्वारा साहिब दे विच ते असीं लंगर तैयार नहीं करदे क्योंकि इहदे विच नॉन वेज भी आंदा है, ते असीं इत्थे लंगर जिहड़ा मील तैयार करदे इत्थे निर्माण दे विच साडी किचन आ गया, साडा बैंकट हाल आ गया, उत्थे असीं तैयार कर रहे हां ते उत्थों ही जांदा है सारा जी। बड़ी जी बखूबी सेवा साडे वीर जड़े साडी कमेटियां दे नाल व्यवस्थन, चाहे डीजीपीसी दे नाल, गुरुद्वारा प्रबंधक कमेटियां दे नाल, साडे वीर बड़ी सेवा अच्छी तरीके नाल सेवा निभा रहे। साडी अज वी मीटिंग चली सी कोई 5 बजे तो लैके 7:30 बजे तक, उहदे विच असीं डिसाइड कीता कि साडी असां इहदे विच थोड़ा एक्सेस कीता कि साडी रिक्वायरमेंट किन्नी है, साडी स्टॉक पोजिशन की है, कि हो सकता है कि हालात होर भी वर्स्ट हो जाण ते असीं किसी तरीके नूं, क्योंकि बंदिआं नूं उम्मीद है आस ते आसरा है साडे गुरुद्वारा साहिब दा, असीं उहनां नूं इत्थों पूरी सेवा प्रोवाइड करांगे। और वीर जी ऐसा कोई अगर जिदा तुसी मील भी प्रोवाइड करवा रहे हो, और अगर अजिहा कैंप भी लगवा दिता जावे कि जिते वॉलंटियर्स दी वैक्सीनेशन कर दिती जावे, या प्रशासन नाल गल करके अजिहा कोई अगर ਜਿਹੜਾ ਵੈਕਸੀਨ ਦਾ ਪ੍ਰੋਗਰਾਮ ਸੀ ਅਸੀਂ ਪਹਿਲੇ ਵੀ ਕੀਤਾ, ਛੱਟੀ ਪਾਤਸ਼ਾਹ ਸਾਹਿਬ ਦੇ ਵਿੱਚ ਵੀ ਕੀਤਾ, ਸ਼ਹੀਦ ਬੁੰਗਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਏ ਸੀ, ਅਸੀਂ ਲੋਕਾਂ ਨੂੰ ਕਿਹਾ ਸੀ ਕਾਫੀ ਸਾਡੇ ਬੰਦਿਆਂ ਨੇ ਵੀ ਵੈਕਸੀਨ ਕਰਵਾਇਆ ਹੈ, ਤੇ ਜਿੰਨਾ ਹੁਣ ਰਹਿ ਗਿਆ ਤੇ ਐਕਚੁਅਲੀ ਹੁਣ ਵੈਕਸੀਨ ਹੀ ਸ਼ਾਰਟ ਹੈ ਪਿੱਛੋਂ, ਤੋ ਜਦੋਂ ਆ ਜਾਏਗਾ ਤੇ ਸਾਰੇ ਲਗਭਗ ਤਿਆਰ, ਲਗਭਗ ਆਲਮੋਸਟ ਜਿਹੜੇ ਸਾਡੇ ਤੇ 80% ਦੇ ਕਰੀਬ ਜਿਨ੍ਹਾਂ ਨੇ ਫਸਟ ਡੋਜ਼ ਲੈ ਚੁੱਕੇ ਹਨ, ਹੁਣ ਸੈਕਿੰਡ ਡੋਜ਼ ਦਾ ਕੁਝ ਬੰਦੇ ਵੇਟ ਕਰ ਰਹੇ ਹਨ, ਤੇ ਹੋਪਫੁਲੀ ਜਦੋਂ ਆਏਗਾ ਤੇ ਵੈਕਸੀਨ ਸ਼ਾਰਟ ਹੀ ਹੈ ਪਿੱਛੋਂ, ਜਦੋਂ ਆ ਜਾਏਗਾ ਤੇ ਸਾਰੇ ਵੈਕਸੀਨ ਕਰਵਾ ਲੈਣਗੇ। जी बिल्कुल, और मैं कहांगी जेडे साडे लाइव दर्शक साडे नाल जुड़े ने, अगर तुहाडी तुहानू कोई क्वेश्चन करना भाई साहब उन्हां कोलो, तां तुसी भी अपने सेवावां दे प्रति कोई भी क्वेश्चन कमेंट्स दे राही कर सकदे आ, और असीं उन्हां दे कोलो तुहाडी राय उन्हां दे नाल भी सांझी करांगे, अगर तुसी भी अपनी राय कोई रखना चाहुंदे हो। मेरी रिक्वेस्ट है कि जम्मू दे विच ही साडे बंदे खड़े हो, अपने जिहड़ी साडियां गुरुद्वारा प्रबंधक कमेटियां उन्हां नूं खड़ा होना चाहीदा, हर डिस्ट्रिक्ट दे विच खड़ा होना चाहीदा, ते सामने आके अपना दसवन दे के, ते साडी जिहड़ी अगे जिहड़ी जिहड़ा पेंडेमिक चल रहा, जिहड़ा कोविड तुहानूं चल रहा, कह रहे कि थर्ड वेव ही है, जिस तरह के हालात अगे दे खराब होण, पर तैयारी तो सानू करनी चाहिए, हर बंदे नूं, हर डिस्ट्रिक्ट नूं अपने लैवल ते तैयारी करनी चाहिए है कि किसी भी मुसीबत तों सानू कौम नूं बचाना चाहिए। बिल्कुल, और कश्मीर तो जिहड़ी उत्थों दी डिस्ट्रिक्ट गुरुद्वारा प्रबंधक कमेटियां ने कश्मीर तो, ਕੀ ਉਹ ਸਾਰੇ ਹੀ ਮੀਟਿੰਗ ਕਰਕੇ ਤੁਸੀਂ ਆਪਸ ਦੇ ਵਿੱਚ ਇਹ ਸਾਰਾ ਜਿਹੜਾ ਸੇਵਾਵਾਂ ਕਰ ਰਹੇ ਹੋ, ਮਤਲਬ ਜਦੋਂ ਤੁਹਾਡੀ ਮੀਟਿੰਗ ਹੋਈ ਤਾਂ ਸਾਰੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਡਿਸਟ੍ਰਿਕਟ ਗੁਰਦੁਆਰਾ? ਸਾਡੀ ਜਦੋਂ ਪਰਸੋਂ ਸ੍ਰੀਨਗਰ ਦੇ ਵਿੱਚ ਹੋਈ ਸੀ ਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ ਵੀ ਮੈਂਬਰ ਸਾਰੇ ਹੀ ਸਨ, ਤੇ ਜਿਹਦੇ ਵਿੱਚ ਹੋਰ ਵੀ ਬਾਕੀ ਸੰਸਥਾਵਾਂ ਦੇ ਮੈਂਬਰ ਸਨ, ਤੇ ਸਾਰਿਆਂ ਨੇ ਮਿਲ ਕੇ ਇਹ ਫੈਸਲਾ ਲਿੱਤਾ ਕਿ ਭਾਈ ਇਹ ਮੀਟਿੰਗ, ਕਿਉਂਕਿ ਇਹ ਜਿਹੜਾ ਡਿਜ਼ਾਸਟਰ ਆ ਰਿਹਾ ਇਹਦੀ ਵਾਸਤੇ ਤਿਆਰੀ ਕਰਨੀ ਚਾਹੀਦੀ, ਤਾਂ ਜਾ ਕੇ ਸਾਡੀ ਜਿਹੜੀ ਕੁਲੈਕਸ਼ਨ ਹੋ ਰਹੀ ਹੈ, ਹਾਲੇ ਵੀ ਸੇਵਾ ਸਾਨੂੰ ਸੇਵਾ ਮਤਲਬ ਜਿਹੜੀ ਦਸਵੰਤ ਹੈ ਆ ਰਿਹਾ, ਕਾਫੀ ਜਗ੍ਹਾ ਤੋਂ ਸੇਵਾ ਹੋ ਰਹੀ ਹੈ, ਬਾਰਾਮੂਲਾ ਪਰਟੀਕੁਲਰਲੀ ਬਾਰਾਮੂਲਾ ਦੀ ਸੇਵਾ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਕਾਫੀ ਲੋਕ ਸੇਵਾਵਾਂ ਕਰ ਰਹੇ ਨੇ ਇਹਦੇ ਵਿੱਚ। ਔਰ ਵੀਰ ਜੀ ਜਿੱਦਾਂ ਕਿ ਆਕਸੀਜਨ ਸਿਲੰਡਰਸ ਦੀ ਕਾਫੀ ਜ਼ਿਆਦਾ ਸ਼ਾਰਟੇਜ ਦੇਖੀ ਜਾ ਰਹੀ ਹੈ, ਕੀ ਤੁਸੀਂ ਕਸ਼ਮੀਰ ਦੇ ਅੰਦਰ ਕਿਹੋ ਜਿਹੇ ਹਾਲਾਤ ਨੇ? ਨਹੀਂ ਦੇਖੋ ਤੁਸੀਂ, ਮੈਂ ਤੁਹਾਨੂੰ ਮੈਂ ਕਸ਼ਮੀਰ ਦੀ ਗੱਲ ਕਰਾਂ, ਪਰਟੀਕੁਲਰ ਜਿਹੜੇ ਸਾਡੇ ਹੋਸਪਿਟਲ ਕੋਵਿਡ ਹੋਸਪਿਟਲ ਹੈਗੇ, ਅਤੇ ਐਸੀ ਤਾਂ ਹਾਲੀ ਕਿਤੇ ਕੋਈ ਪਰੇਸ਼ਾਨੀ ਨਹੀਂ, ਕਾਫੀ ਬੈਕਅਪ ਇਹਨਾਂ ਦੇ ਹੋਸਪਿਟਲ ਦੇ ਵਿੱਚ ਆਕਸੀਜਨ ਆਕਸੀਜਨ ਦਾ, ਤੁਸੀਂ ਲੱਗੇ ਸ਼ਾਇਦ ਤੁਸੀਂ ਆਪ ਹੀ ਬਚ ਕੇ ਤੋ ਕਸ਼ਮੀਰ ਦੇ ਅੰਦਰ, ਹਾਲੀ ਕਿਤੇ ਐਸੀ ਕੋਈ ਕ੍ਰਾਈ ਨਹੀਂ, ਕੋਈ ਇੱਥੇ ਕੋਈ ਐਸਾ ਇੰਸੀਡੈਂਸ ਨਹੀਂ ਹੋਏਗੀ ਜਿੱਥੇ ਆਕਸੀਜਨ ਦੀ ਕਮੀ ਹੋਵੇ, ਗੌਰਮੈਂਟ ਨੇ ਵੀ ਅੱਛੀ ਸਫੀਸ਼ੀਐਂਟ ਕੁਆਂਟਿਟੀ ਵਿੱਚ ਇਹਦੇ ਆਕਸੀਜਨ ਦੀ ਫੈਸਿਲਿਟੀ ਰੱਖੀ ਹੋਈ ਹੈ ਜੀ। ਔਰ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਕਿਹਾ ਸਪੋਰਟ, ਕਿਉਂਕਿ ਕਿਸੇ ਵੀ ਅਗਰ ਤੁਸੀਂ ਸੇਵਾਵਾਂ ਵੀ ਦੇ ਰਹੇ? ਬਿਲਕੁਲ, ਪ੍ਰਸ਼ਾਸਨ ਦਾ ਬੜਾ ਅੱਛਾ ਸਪੋਰਟ ਹੈ, ਜਦੋਂ ਵੀ ਸਾਨੂੰ ਕੁਛ ਜ਼ਰੂਰਤ ਪੈਂਦੀ ਹੈ ਤੇ ਮਨਾਈ ਨਹੀਂ ਹੋ ਰਹੀ ਹੈ, ਤੇ ਲਾਸਟ ਇਅਰ ਸਾਡੇ ਡਿਵਕਮ ਸਾਹਿਬ ਵੀ ਉੱਥੇ ਆਏ ਸੀ, ਪਰਸੋਂ ਵੀ ਸਾਨੂੰ ਇੱਕ ਰੀਫਿਲਿੰਗ ਦਾ ਇੱਕ ਇਸ਼ੂ ਬਣਿਆ ਸੀ,
ਤੇ ਮੈਂ ਦਾਸ ਖੁਦ ਹੀ ਗਿਆ ਸੀ ਡੀਸੀ ਸਾਹਿਬ ਦੇ ਕੋਲ ਤੇ ਉਹਨਾਂ ਨੇ ਇਕਦਮ ਹੀ ਉੱਥੋਂ ਸਾਨੂੰ ਪਰਮਿਸ਼ਨ ਦੇ ਦਿੱਤੀ ਹੈ ਰੀਫਿਲਿੰਗ ਦਾ ਘੱਟੋ ਘੱਟ 60 ਸਿਲੰਡਰ ਦੀ ਉਹਨਾਂ ਨੇ ਪਰਮਿਸ਼ਨ ਸਾਨੂੰ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਜਦੋਂ ਵੀ ਅਸੀਂ ਜਾਂਦੇ ਹਾਂ ਤੇ ਮਤਲਬ ਮਾਣ ਹੀ ਬਖਸ਼ਦੇ ਤੇ ਕੋਈ ਐਸੀ ਕੋਈ ਗੱਲ ਨਹੀਂ ਕਦੇ ਮਨਾਹੀ ਕਦੇ ਕਿਸੇ ਚੀਜ਼ ਦੀ ਨਹੀਂ ਹੋਈ ਜੀ ਜੀ ਔਰ ਤੁਸੀਂ ਆਪਣੇ ਰਾਹੀਂ ਕੋਈ ਮੈਸੇਜ ਕੋਈ ਸੁਨੇਹਾ ਤੁਹਾਡੇ ਵੱਲੋਂ ਹੋਵੇ ਦਰਸ਼ਕਾਂ ਨੂੰ ਮੈਂ ਕਹਿੰਦਾ ਕਿ ਬਿਲਕੁਲ ਬਿਲਕੁਲ ਮੇਰੇ ਤਰਫ ਇਹ ਸੁਨੇਹਾ ਕਿ ਜਿੱਦਾਂ ਹੋ ਸਕਦਾ ਵੈਕਸੀਨ ਕਰਵਾਓ ਕਿਉਂਕਿ ਕੋਈ ਬਚਾਅ ਹੈ ਨਾਲ ਸਾਨੂੰ ਚਾਹੀਦਾ ਕਿ ਹਰ ਬੰਦੇ ਨੂੰ ਸਾਹਮਣੇ ਆ ਕੇ ਆਪਣਾ ਦਸਵੰਧ ਦੇ ਕੇ ਹਰ ਮਹੱਲੇ ਦੇ ਵਿੱਚ ਗੁਰਦੁਆਰਾ ਕਮੇਟੀਆਂ ਜਿਹੜੀਆਂ ਘੱਟ ਤੋਂ ਘੱਟ ਆਕਸੀਜਨ ਸਿਲੰਡਰ ਰੱਖੋ ਕੰਸਨਟ੍ਰੇਟਰ ਰੱਖੋ ਤਾਂ ਕਿ ਜਿਹੜੀ ਅਸੀਂ ਆਪਣੇ ਲੋਕਾਂ ਨੂੰ ਬਚਾ ਸਕੀਏ ਕਿਉਂਕਿ ਇਹ ਜਿਹੜਾ ਕੋਵਿਡ ਇਹ ਵੀ ਨਹੀਂ ਰਹੇਗਾ ਤੇ ਬਟ ਸਾਡੇ ਅਸੀਂ ਕਿਉਂਕਿ ਅਸੀਂ ਸਾਨੂੰ ਚਾਹੀਦਾ ਕਿ ਹਰ ਆਪਣੇ ਵੀਰ ਨੂੰ ਬਚਾਉਣਾ ਹਰ ਆਪਣੀ ਭੈਣ ਨੂੰ ਬਚਾਉਣਾ ਹਰ ਆਪਣੇ ਬਜ਼ੁਰਗਾਂ ਨੂੰ ਬਚਾਉਣਾ ਸਾਹਮਣੇ ਆ ਕੇ ਆਪਣਾ ਦਸਵੰਧ ਦਿਓ ਕਿਉਂਕਿ ਇਹ ਇਮਤਿਹਾਨ ਦੀ ਕੜੀ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਇਸ ਵਿੱਚ ਅੱਗੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪ੍ਰਾਪਤ ਹਿੱਸਾ ਲੈਣਾ ਤੇ ਸਾਹਮਣੇ ਆ ਕੇ ਸੇਵਾ ਕਰਨੀ ਹੈ ਜਿਸ ਤਰ੍ਹਾਂ ਸਾਡੇ ਕਸ਼ਮੀਰ ਦੇ ਵਾਲੰਟੀਅਰਸ ਗਰੁੱਪ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਸਾਰਿਆਂ ਨੂੰ ਮੈਂ ਕਹਿੰਦਾ ਕਿ ਸਾਰੇ ਹੱਥ ਜੋੜ ਕੇ ਕਿ ਸਾਹਮਣੇ ਆ ਜਾਓ ਤੇ ਸਾਰੀ ਸੇਵਾ ਕਰੋ ਤਾਂ ਕਿ ਅਸੀਂ ਜਿਹੜੀ ਮਨੁੱਖਤਾ ਨੂੰ ਬਚਾ ਸਕੀਏ ਜੀ ਬਿਲਕੁਲ ਔਰ ਜਿਹੜੇ ਵਲੰਟੀਅਰਸ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਵੀ ਕੋਈ ਤੁਹਾਡਾ ਮੈਸੇਜ ਕਿ ਆਪਣੇ ਆਪ ਦਾ ਧਿਆਨ ਰੱਖੋ ਹਨਾ ਕਿਉਂਕਿ ਸਮਾਜ ਦੇ ਲਈ ਉਹ ਇੱਕ ਥੰਮ ਬਣ ਕੇ ਹੁਣ ਖੜੇ ਹੋਏ ਨੇ ਸਾਡੇ ਨਾਲ ਬਿਲਕੁਲ ਜਿਹੜੇ ਸਾਡੇ ਵਾਲੰਟੀਅਰਸ ਲਾਸਟ ਇਅਰ ਇੱਕ ਡਾਕਟਰ ਸਾਹਿਬ ਨੇ ਉਹਨਾਂ ਸਾਰਿਆਂ ਦਾ ਇੰਸ਼ੋਰੈਂਸ ਕੀਤਾ ਜੀ ਇੱਕ ਡਾਕਟਰ ਸਾਹਿਬ ਉਹਨੇ ਸੇਵਾ ਕੀਤੀ ਸੀ ਉਹਨੇ ਕਿਹਾ ਸੀ ਕਿ ਮੈਂ ਇਹਨਾਂ ਦੀ ਜਿਹੜੀ ਸਾਰਿਆਂ ਦੀ ਅਸੀਂ ਜੀ ਇੰਸ਼ੋਰੈਂਸ ਕਰਵਾ ਲਿਆ ਬਾਕੀ ਸਾਡੇ ਤਰਫੋਂ ਉਹ ਜਿਹੜੀ ਉਹਨਾਂ ਨੂੰ ਪੀਪੀ ਕਿੱਟਸ ਵਗੈਰਾ ਉਹ ਜਿਹੜੇ ਸੈਨੀਟਾਈਜ਼ਰ ਵਗੈਰਾ ਉਹ ਪ੍ਰੋਵਾਈਡ ਕੀਤੇ ਜਾ ਰਹੇ ਨੇ ਬਿਲਕੁਲ ਤੁਹਾਨੂੰ ਮੈਂ ਦੱਸਾਂ ਜਿਹੜੇ ਜਿਹੜੇ ਸਾਡੇ ਵਾਲੰਟੀਅਰਸ ਦੀ ਜਿਹੜੇ ਜਿਹੜਾ ਮੀਲ ਲੈ ਕੇ ਜਾਂਦੇ ਨੇ ਹੋਸਪਿਟਲ ਦੇ ਵਿੱਚ ਫਰੀ ਆਫ ਕੋਸਟ ਆਪਣੇ ਜੇਬੋਂ ਪੈਸਾ ਖਰਚ ਕਰ ਰਹੇ ਨੇ ਆਪਣੀ ਜੇਬ ਤੋਂ ਕੋਈ ਪੈਟਰੋਲ ਦਾ ਖਰਚਾ ਕੋਈ ਕਿਸੇ ਦਾ ਖਰਚਾ ਨਹੀਂ ਆਪਣੀ ਬੜੀ ਬੜੀ ਬਖੂਬੀ ਨਾਲ ਸੇਵਾ ਨਿਭਾ ਰਹੇ ਨੇ ਸਾਡੇ ਜਿਹੜੇ ਵਾਲੰਟੀਅਰਸ ਗਰੁੱਪ ਇੱਥੇ ਸੇਵਾ ਕਰ ਰਹੇ ਨੇ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਔਰ ਅਸੀਂ ਕਮੈਂਟਸ ਵੀ ਪੜ੍ਹ ਲੈਂਦੇ ਹਾਂ ਔਰ ਅਗਰ ਕਮੈਂਟਸ ਨੂੰ ਪੜ੍ਹ ਕੇ ਵੀ ਤੁਸੀਂ ਕੋਈ ਰਿਪਲਾਈ ਵੀ ਦੇਣਾ ਹੋਏ ਠੀਕ ਤਾਂ ਰਣਬੀਰ ਕੌਰ ਬੱਲੀ ਲਿਖ ਰਹੇ ਨੇ ਆਰ ਸਿਕਸ ਮਸਟ ਵੀ ਯੂਨਾਈਟ ਟੂਗੈਦਰ ਐਂਡ ਹੈਲਪ ਦਾ ਕਮਿਊਨਿਟੀ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਵਾਹਿਗੁਰੂ ਜੀ ਬਲੈਸ ਯੂ ਬਿਲਕੁਲ ਔਰ ਇਹ ਤਾਂ ਵੇਲਾ ਵੀ ਨਹੀਂ ਹੈਗਾ ਬਿਲਕੁਲ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਤਾਂ ਕੁਛ ਸੋਚਣ ਦਾ ਸਮਾਂ ਵੀ ਨਹੀਂ ਹੈ ਹੁਣ ਤਾਂ ਸਾਨੂੰ ਬਿਨਾਂ ਕਿਸੇ ਨਾਲ ਭੇਦਭਾਵ ਦੇ ਬਿਨਾਂ ਕਿਸੇ ਦੂਜੀ ਸੋਚ ਦੇ ਸਾਨੂੰ ਦੇਖੋ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੀ ਤੁਹਾਨੂੰ ਮੈਂ ਡੈਥਸ ਦੱਸੀ ਡੈਥ 73 ਹੋਈ ਦੀ ਡੈਥ ਤੇ 73 ਦੇ ਵਿੱਚ 69 ਸਾਡੇ ਸਰਦਾਰਾਂ ਦੀ ਡੈਥ ਹੋਈ ਤੇ 4 ਸਾਡੇ ਨੌਨ ਸਿੱਖਸ ਦੀ ਡੈਥ ਹੋਈ ਚਾਹੇ ਉਹ ਹਿੰਦੂ ਵੀਰ ਸਨ ਉਹਨਾਂ ਦੇ ਕ੍ਰਿਮੇਸ਼ਨ ਹੀ ਅਸੀਂ ਕਿਸੇ ਨੂੰ ਨਹੀਂ ਜਿਹੜਾ ਚਾਹੇ ਉਹ ਕੱਲ੍ਹ ਵੀ ਰੀਸੈਂਟਲੀ ਮੈਂ ਤੁਹਾਨੂੰ ਦੱਸਿਆ ਇੱਕ ਪੰਜਾਬ ਦੇ ਇੱਕ ਡਰਾਈਵਰ ਸੀ ਤੇ ਕਿਤੇ ਪੁਲਵਾਮਾ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਸਾਡੇ ਵਾਲੰਟੀਅਰਸ ਗਏ ਉਹਨਾਂ ਨੂੰ ਰਾਤ ਨੂੰ ਉੱਥੋਂ ਲੈ ਕੇ ਡੈਡ ਬਾਡੀ ਨੂੰ 8 ਵਜੇ 9 ਵਜੇ ਰਾਤੀ ਉਹਨਾਂ ਦਾ ਉਹਦਾ ਕ੍ਰਿਮੇਸ਼ਨ ਕੀਤਾ ਜੀ ਤੇ ਅਸੀਂ ਕੋਈ ਜਾਤ ਪਾਤ ਨਹੀਂ ਦੇਖ ਰਹੇ ਜਿਹੜਾ ਵੀ ਸਾਨੂੰ ਆ ਰਿਹਾ ਬਿਲਕੁਲ ਸੇਵਾ ਨਿਭਾ ਰਹੇ ਜੀ ਅਸੀਂ ਇਹਦੇ ਵਿੱਚ ਕੋਈ ਅਸੀਂ ਕੋਈ ਜਾਤ ਪਾਤ ਜਾਂ ਕੋਈ ਭੇਦ ਨਹੀਂ ਕਰ ਰਹੇ ਅਸੀਂ ਬਿਲਕੁਲ ਔਰ ਰਵਿੰਦਰ ਪਾਲ ਸਿੰਘ ਜੀ ਵੀ ਲਿਖ ਰਹੇ ਨੇ ਕਿ ਜੀਪੀਸੀ ਬੜਗਾਮ ਮੈਂਬਰ ਚੜ੍ਹਦੀ ਕਲਾ ਲਿਖ ਰਹੇ ਨੇ ਕਿ ਬੜਗਾਮ ਦੇ ਮੈਂਬਰਸ ਵਾਸਤੇ ਉਹ ਲਿਖ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਕਰੇ ਗੁਰੂ ਮਹਾਰਾਜ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਜੀ ਬਿਲਕੁਲ ਔਰ ਅਗਰ ਤੁਹਾਡੀ ਸੰਸਥਾ ਜਾਂ ਜਿੱਦਾਂ ਵੀ ਤੁਸੀਂ ਵੀ ਇਹ ਸਾਰੇ ਇਕੱਠੇ ਰਲ ਕੇ ਸੇਵਾਵਾਂ ਕਰ ਰਹੇ ਹੋ ਉਸਨੂੰ ਜੁਆਇਨ ਕਰਨ ਦਾ ਵੀ ਕੋਈ ਪ੍ਰੋਸੀਜਰ ਹੈ ਕਿ ਕਿੱਦਾਂ ਜੁਆਇਨ ਕਰ ਸਕਦੇ ਨੇ ਅਗਰ ਨਵੇਂ ਵਾਲੰਟੀਅਰਸ ਉਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਦੇਖੋ ਜੀ ਪਰਟੀਕੁਲਰ ਜਿਹੜੇ ਵਾਲੰਟੀਅਰ ਸਾਨੂੰ ਇੱਥੇ ਚਾਹੀਦੇ ਨੇ ਕਸ਼ਮੀਰ ਦੇ ਵਿੱਚ ਜਿਹੜੇ ਸਾਡੀ ਸੇਵਾ ਨਿਭਾ ਸਕਣ ਜਿਹੜੇ ਸ੍ਰੀਨਗਰ ਦੇ ਵਿੱਚ ਰਹਿ ਰਹੇ ਹਨ ਕਿਉਂਕਿ ਰਾਤ ਨੂੰ 10 ਵਜੇ ਵੀ ਜਾਣਾ ਪੈਂਦਾ ਤੇ ਰਾਤ ਨੂੰ ਕਦੇ ਦਿਨੇ 1 ਵਜੇ ਵੀ ਜਾਣਾ ਪੈਂਦਾ ਅਗਰ ਉਹ ਬੰਦੇ ਸਾਨੂੰ ਕੋਸ਼ਿਸ਼ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਨਾਲ ਜੁਆਇਨ ਕਰਨ ਤੇ ਉਹ ਅੱਛੀ ਗੱਲ ਰਹੇਗੀ ਸਾਡੀ ਹੋਰ ਹਿੰਮਤ ਬੜ ਜਾਏਗੀ ਸਾਡੇ ਬਾਕੀ ਵਾਲੰਟੀਅਰ ਉਹਨਾਂ ਨੂੰ ਥੋੜਾ ਬ੍ਰੇਕ ਮਿਲ ਜਾਏਗਾ ਜੀ ਬਿਲਕੁਲ ਇੱਥੇ ਸਾਰੇ ਯੂ ਸਪੋਰਟ ਹੀ ਕਰ ਰਹੇ ਨੇ ਕਿ ਸੁਮਿਤ ਕੌਰ ਵੀ ਲਿਖ ਰਹੇ ਨੇ ਕਿ ਚੜ੍ਹਦੀ ਕਲਾ ਹੋਏ ਐਂਡ ਸਾਰੇ ਤੁਹਾਡੇ ਸੇਵਾਵਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ USF ਵਲੰਟੀਅਰ ਇਜ਼ ਫਰੰਟ ਲਾਈਨ ਵਾਰੀਅਰਸ USF ਵਲੰਟੀਅਰਸ ਦੇ ਲਈ ਵੀ ਲਿਖਿਆ ਜਾ ਰਿਹਾ ਕਿ ਉਹ ਵੀ ਆਪਣੀਆਂ ਸੇਵਾਵਾਂ ਅੱਗੇ ਹੋ ਕੇ ਦੇ ਰਹੇ ਨੇ ਔਰ ਰਜਿੰਦਰ ਸਿੰਘ ਲਿਖ ਰਹੇ ਨੇ ਕਿ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਜੀ
ਬਿਲਕੁਲ, ਔਰ ਸਾਰੇ ਹੀ ਇੱਥੇ ਅਰਦਾਸ ਕਰ ਰਹੇ ਨੇ ਕਿ ਇਸ ਜਿਹੜੀ ਇਹ ਘੜੀ ਚੱਲ ਰਹੀ ਹੈ, ਪੈਂਡੇਮਿਕ ਦੌਰ ਜਿਹੜਾ ਚੱਲ ਰਿਹਾ, ਇਹਦੇ ਵਿੱਚੋਂ ਜਲਦ ਤੋਂ ਜਲਦ ਨਿਕਲਿਆ ਜਾਵੇ। ਔਰ ਜਿੱਦਾਂ ਤੁਸੀਂ ਸੁਨੇਹਾ ਦਿੱਤਾ ਹੈ ਕਿ ਸਾਰਿਆਂ ਨੂੰ ਰਲ ਕੇ ਬਿਨਾਂ ਕੁਝ ਵੀ ਇੱਥੇ ਸੋਚੇ ਵਿਚਾਰੇ ਕਿਸੇ ਦੇ ਬਾਰੇ ਵਿੱਚ ਕੋਈ ਗਲਤ ਵਿਚਾਰ ਰੱਖਣਾ ਤਾਂ ਹੁਣ ਦੀ ਘੜੀ ਤੇ ਬਿਲਕੁਲ ਜਾਇਜ਼ ਬਣਦਾ ਹੀ ਨਹੀਂ ਹੈਗਾ, ਕਿਉਂਕਿ ਇਸ ਤੋਂ ਜ਼ਿਆਦਾ ਹੋਰ ਕਿਹੜਾ ਸਮਾਂ ਸਾਨੂੰ ਕੁਛ ਸਿਖਾਉਣ ਦੇ ਲਈ ਆਏਗਾ। ਹੋਰ ਜ਼ਿਆਦਾ ਕੁਦਰਤ ਦੀ ਇਸ ਵਕਤ ਸਾਡੀ ਇਮਤਿਹਾਨ ਦੀ ਘੜੀ ਹੈ। ਇਹ ਇਸ ਵਕਤ ਇਮਤਿਹਾਨ ਹੈ ਕਿ ਇਸ ਵਕਤ ਜੇ ਅਸੀਂ ਨਹੀਂ ਉਭਰਾਂਗੇ ਇਮਤਿਹਾਨ ਵਿੱਚ ਤੇ ਮੇਰੇ ਖਿਆਲ ਤਾਂ ਸਾਡਾ ਕਮੇਟੀਆਂ ਦੇ ਵਿੱਚ ਆਉਣਾ ਬੇਕਾਰ ਹੈ। ਮੈਂ ਤੁਹਾਨੂੰ ਜੀ ਦੱਸਾਂ ਕਿ ਸਾਡੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ DGP ਸੀ, ਬੜੀ ਅੱਛੀ ਮੈਂ ਕਹਿੰਦਾ ਕਿ ਬਹੁਤ ਅੰਥਿਕ ਸੇਵਾ ਕਰ ਰਹੇ ਨੇ ਡਾਕਟਰ ਸਾਹਿਬਾਨ ਸਾਡੇ, ਪਰਟੀਕੁਲਰਲੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਾਡੀ ਸੇਵਾ ਤੇ ਚਲੋ ਮੀਲ ਤੇ ਪ੍ਰੋਵਾਈਡ ਕਰਿਆ, ਨਾਲ ਹੀ ਨਾਲ ਡਾਕਟਰ ਸਾਹਿਬਾਂ ਦਾ ਜਿਹੜਾ ਟੈਲੀਫੋਨਿਕਲੀ ਉਹਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ, ਉਹਨਾਂ ਨੂੰ ਦਵਾਈਆਂ ਦਾ ਵੀ ਮਤਲਬ ਪ੍ਰਬੰਧ ਕੀਤਾ ਜਾ ਰਿਹਾ, ਬਾਕੀ ਹੋਰ ਕਿਸੇ ਟਾਈਪ ਦੀ ਕਿਸੇ ਦੀ ਸੈਚੁਰੇਸ਼ਨ ਡਾਊਨ ਹੋ ਰਹੀ ਹੈ ਜਾਂ ਕਿਸੇ ਨੂੰ ਕੁਝ ਬੁਖਾਰ ਆ ਰਿਹਾ ਜਾਂ ਕਿਸੇ ਨੂੰ ਕੁਝ ਖਾਂਸੀ ਆ ਰਹੀ ਹੈ, ਤੇ ਡਾਕਟਰ ਸਾਹਿਬ ਸਾਡੇ ਉਹਨਾਂ ਨੂੰ ਟੈਲੀਫੋਨਿਕਲੀ ਹੀ ਜਵਾਬ ਦੇ ਰਹੇ ਨੇ ਜੀ। ਜੀ, ਔਰ ਇੱਥੇ ਬਿਲਕੁਲ ਤੁਸੀਂ ਕਿਹਾ ਕਿ ਇਹ ਵਿਚਾਰ ਹੋ ਜਾਣਾ ਚਾਹੀਦਾ, ਹੁਣੇ ਵਿਚਾਰ ਕਰ ਲੈਣਾ ਚਾਹੀਦਾ ਕਿ ਜਿਸ ਕਾਰਨਾਂ ਦੇ ਕਰਕੇ ਅਸੀਂ ਗੁਰਦੁਆਰਾ ਗੁਰੂ ਘਰਾਂ ਦੇ ਗੁਰਦੁਆਰਿਆਂ ਦੇ ਮੈਂਬਰਾਂ ਨੂੰ ਚੁਣਦੇ ਆ ਜਾਂ ਪ੍ਰਧਾਨ ਬਣਾਉਂਦੇ ਆ, ਸ਼ਾਇਦ ਉਹ ਇਸੇ ਸਮੇਂ ਦੇ ਲਈ ਹੀ ਹੁੰਦੇ ਨੇ, ਬਿਲਕੁਲ ਕਿ ਜ਼ਰੂਰੀ ਨਹੀਂ ਹੁੰਦਾ ਕਿ ਪੋਲਿਟਿਕਸ ਗੁਰਦੁਆਰੇ ਦੇਖੋ ਗੁਰੂ ਘਰ ਦਾ ਜਿਹੜਾ ਨਾ ਅਸੀਂ ਵੀ ਆਰ ਦੇ ਸੇਵਾਦਾਰ, ਜੀ ਜੇ ਪੋਲਿਟਿਕਸ ਕਰਨੀ ਹੈ ਗੁਰਦੁਆਰੇ ਤੋਂ ਬਾਹਰ ਜਾਓ, ਜਿੰਨੀ ਮਰਜ਼ੀ ਪੋਲਿਟਿਕਸ ਕਰਨੀ ਹੈ ਇੱਥੇ ਸੇਵਾ ਕਰ ਲਓ, ਅਸੀਂ ਸੇਵਾ ਵਾਸਤੇ ਆਏ ਸੇਵਾ ਹੀ ਕਰ ਲਓ, ਸਿਆਸਤ ਕਰਨੀ ਹੈ ਜਦੋਂ ਬਚ ਜਾਵਾਂਗੇ ਬਾਅਦ ਵੀ ਦੇ ਕੇ ਜਾਏਗੀ, ਸਿਆਸਤ ਹੁੰਦੀ ਰਹੇਗੀ, ਬਟ ਇਸ ਵਕਤ ਸਾਡੀ ਇਮਤਿਹਾਨ ਦੀ ਘੜੀ ਹੈ, ਸਾਨੂੰ ਐਕਸਪੈਕਟੇਸ਼ਨ ਹੈ। ਤੁਸੀਂ ਦੇਖੋਗੇ ਕਿਸ ਤਰ੍ਹਾਂ ਬੰਦੇ ਸਾਡੇ ਕੋਲ ਆ ਰਹੇ, ਕਿਸ ਤਰ੍ਹਾਂ ਬੰਦਿਆਂ ਨੂੰ ਦੇਖੋ ਦਵਾਈ ਜਾ ਰਹੀ ਹੈ, ਅਸੀਂ ਜਿਹੜੇ ਸਾਡੇ ਜਿਹੜੇ ਬਿਲੋ ਪੋਵਰਟੀ ਲਾਈਨਸ ਹਨ ਫ੍ਰੀ ਦਵਾਈ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ, ਫ੍ਰੀ ਇੰਜੈਕਸ਼ਨ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ। ਅਸੀਂ ਅੱਜ ਵੀ ਕੀਤਾ ਆਪਣੀ ਕੋਸ਼ਿਸ਼, ਸਾਡੀ ਕੋਸ਼ਿਸ਼ ਸੀ ਅੱਜ ਮੀਟਿੰਗ ਦੇ ਵਿੱਚ ਕਿ ਬਾਈ ਗੁਰਦੁਆਰੇ ਸਾਹਿਬ ਤੋਂ ਸਾਡੇ ਡਾਕਟਰ ਸਾਹਿਬ ਬੈਠੇ ਸਨ, ਉਹਨਾਂ ਨੇ ਕਿਹਾ ਕਿ ਗੁਰਦੁਆਰੇ ਸਾਹਿਬ ਤੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ, ਖਿਆਲ ਰੱਖਿਆ ਜਾਏ ਕਿ ਹਰ ਬੰਦੇ ਨੂੰ ਆਕਸੀਜਨ ਲੰਗਰ ਦੇਖੋ ਜਿਹੜਾ ਮੀਲ ਹੈ, ਅਸੀਂ ਹੋ ਸਕਦਾ ਕਿ ਇੱਕ ਰੋਟੀ ਨਹੀਂ ਤੇ ਦੋ ਰੋਟੀਆਂ ਦੇ ਦੇਵਾਂਗੇ, ਦੋ ਨਹੀਂ ਤੇ ਇੱਕ ਦੇ ਦੇਵਾਂਗੇ, ਬਟ ਇੰਪੋਰਟੈਂਟ ਇਜ਼ ਆਕਸੀਜਨ, ਜੀ ਇੰਪੋਰਟੈਂਟ ਇਜ਼ ਆਕਸੀਜਨ, ਆਕਸੀਜਨ ਮਿਲਣਾ ਚਾਹੀਦਾ ਉਹਨਾਂ ਨੂੰ, ਬਾਕੀ ਤੇ ਸਭ ਕੁਝ ਮਿਲ ਜਾਏਗਾ ਜੀ, ਸਿਆਸਤ ਕਰ ਲਾਂਗੇ ਬਾਅਦ ਵਿੱਚ DGP ਜਾਂ ਫਿਰ ਇਲੈਕਸ਼ਨ ਲੜਾਂਗੇ ਫਿਰ ਦੇਖਿਆ ਜਾਏਗਾ ਅੱਗੇ ਕੀ ਹੋਏਗਾ, ਬਟ ਇਸ ਵਕਤ ਸਾਡੇ ਇਮਤਿਹਾਨ ਦੀ ਘੜੀ ਹੈ ਕਿ ਲੋਕਾਂ ਨੂੰ, ਕਿਉਂਕਿ ਤੁਸੀਂ ਦੇਖੋ ਨਾ ਇਸ ਵਕਤ ਜਿਹੜੇ ਹਾਲਾਤ ਆ ਰਹੇ ਨੇ ਤੇ ਤੁਸੀਂ ਦੇਖੋ ਮੇਰੇ ਤੋਂ ਜ਼ਿਆਦਾ ਤੁਸੀਂ ਦੇਖਿਓ ਹੋਣਾ ਕਿ ਬੜੀ ਮਤਲਬ ਕਾਫੀ ਲੋਕਾਂ ਨੂੰ ਐਕਸਪੈਕਟੇਸ਼ਨ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੀ, ਕਿਉਂਕਿ ਸੇਵਾਵਾਂ ਹੁੰਦੀਆਂ ਨੇ, ਕੋਸ਼ਿਸ਼ ਹੀ ਰਹੇਗੀ ਕਿ ਗੁਰੂ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਜੀ। ਬਿਲਕੁਲ ਬਿਲਕੁਲ, ਔਰ ਅਗਰ ਅਸੀਂ ਦੇਖੋ ਅਸੀਂ ਇੰਨੇ ਵੱਡੇ ਵੱਡੇ ਸਮਾਗਮ ਵੀ ਉਲੀਕਦੇ ਆ, ਇੰਨੇ ਵੱਡੇ ਵੱਡੇ ਸਮਾਗਮ ਵੀ ਕਰਵਾਉਂਦੇ ਆ, ਚਲੋ ਉਹ ਵੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ, ਅਸੀਂ ਸਮਾਗਮ ਕਰਵਾਉਂਦੇ ਆ, ਲੇਕਿਨ ਹੁਣ ਇਹ ਲੱਗਦਾ ਕਿ ਜੇ ਅਗਰ ਅਸੀਂ ਸਮਾਗਮਾਂ ਦਾ ਵਿਚਾਰ ਕਰਕੇ ਅਗਰ ਅਸੀਂ ਪੈਸਾ ਜਮ੍ਹਾਂ ਗੁਰੂ ਘਰ ਦਾ ਜਿਹੜਾ ਦਸਵੰਧ ਸੰਗਤਾਂ ਦਾ ਜਮ੍ਹਾਂ ਕੀਤਾ ਹੋਇਆ, ਤਾਂ ਮੈਨੂੰ ਲੱਗਦਾ ਸਮਾਗਮਾਂ ਵਾਸਤੇ ਰੱਖਣ ਦੀ ਬਜਾਏ ਹੁਣ ਲੱਗ ਜਾਣਾ ਚਾਹੀਦਾ। ਬਿਲਕੁਲ, ਇਹ ਤਾਂ ਸਹੀ ਟਾਈਮ ਹੈ ਨਾ, ਮੈਂ ਤੁਹਾਨੂੰ ਦੱਸਾਂ ਅੱਜ ਵੀ ਸਾਨੂੰ ਸਾਡੇ ਜਿਹੜੇ ਵੀਰ ਚਾਹੇ UK ਦੇ ਵਿੱਚ ਬੈਠੇ ਹਨ ਚਾਹੇ ਕੈਨੇਡਾ ਦੇ ਵਿੱਚ ਬੈਠੇ ਹਨ, ਅੱਜ ਵੀ ਕਾਫੀ ਮਤਲਬ ਡੋਨੇਸ਼ਨ ਦੇ ਰਹੇ ਹਨ ਇਸ ਸੇਵਾ ਦੇ ਵਾਸਤੇ, ਉਹਨੂੰ ਦੇਖ ਰਹੇ ਹਨ ਕਿ ਚੜ੍ਹਦੀ ਕਲਾ ਵੱਲ ਜਾ ਰਹੀ ਹੈ, ਕਿਉਂਕਿ ਹਰ ਬੰਦੇ ਦਾ ਕੋਈ ਨਾ ਕੋਈ ਰਿਲੇਟਿਵ ਉੱਥੇ ਬੈਠਿਆ ਹੈ ਜਿਹਨੂੰ ਦਵਾਈ ਮਿਲ ਰਹੀ ਹੈ, ਜਿਹਨੂੰ ਆਕਸੀਜਨ ਮਿਲ ਰਿਹਾ, ਜਿਹਨੂੰ ਰੋਟੀ ਮਿਲ ਰਹੀ ਹੈ, ਤੇ ਬੰਦੇ ਵੱਧ ਚੜ੍ਹ ਕੇ ਸੇਵਾ ਕਰੇ, ਦੇਖੋ ਹਰ ਬੰਦਾ ਆਵਾਜ਼ ਕਰਦਾ ਹੈਗਾ ਜੀ, ਹਰ ਬੰਦਾ ਆਵਾਜ਼ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਸੇਵਾ ਚੱਲ ਰਹੀ ਹੈ। ਸਾਡੇ ਜਿਹੜੇ ਮੇਰੇ ਵੀਰ ਸਾਡੇ DGP ਸੀ, ਦੇਖਣਾ ਚਾਹੀਦਾ ਸਾਨੂੰ ਕਿ ਅਸੀਂ ਥੋੜ੍ਹਾ ਜਿਹਾ ਆਪਣੇ ਇਹਨਾਂ ਬੰਦਿਆਂ ਨੂੰ ਐਜੂਕੇਸ਼ਨ ਤੋਂ ਮੋਰਲੀ ਅਸੀਂ ਸਟਰੋਂਗ ਕਰਨੇ ਚਾਹੀਦੇ ਹਾਂ, ਹੋਰ ਨਾਲੇ ਸਾਡਾ ਹੈਲਥ ਸੈਕਟਰ ਜਿੰਨਾ ਹੋਏ ਇਹ ਸਟਰੋਂਗ ਹੋਣਾ ਚਾਹੀਦਾ, ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੋ ਗਈ, ਐਜੂਕੇਸ਼ਨ ਐਂਡ ਹੈਲਥ ਸੈਕਟਰ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਆਖੀ ਆ, ਔਰ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਹੀ ਗੱਲ ਕਵਾਂਗੇ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ, ਔਰ ਭਾਈ ਸਾਹਿਬ ਦੇ ਵੀਰ ਜੀ ਉਹਨਾਂ ਦੇ ਜਿਹੜੇ ਵਿਚਾਰ, ਇਹਨਾਂ ਨੂੰ ਵੀ ਸਾਨੂੰ ਸ਼ੇਅਰ ਕਰਨਾ ਚਾਹੀਦਾ ਕਿ ਪਤਾ ਲੱਗੇ ਅਗਰ ਜੰਮੂ ਦੀ ਅਸੀਂ ਵਾਰ ਵਾਰ ਸੇਵਾਵਾਂ ਵਿਖਾਉਂਦੇ ਕਿ ਜੰਮੂ ਦੇ ਵਿੱਚ ਵੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਤੇ ਕਸ਼ਮੀਰ ਦੇ ਵਿੱਚ ਵੀ ਉਸੇ ਲੈਵਲ ਦੇ ਉੱਤੇ ਸਾਡੇ ਸਿੱਖ ਵੀਰਾਂ ਦੇ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ ਦੁਨੀਆਂ ਦਾ ਜਿਹੜਾ ਮਰਜ਼ੀ ਕੋਨਾ ਹੋਏ, ਉੱਥੇ ਜਿਹੜੇ ਸਿੱਖ ਵਲੰਟੀਅਰਸ ਨੇ ਅੱਜ ਤਿਆਰ ਬਰ ਤਿਆਰ ਪੂਰਾ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਜਿਵੇਂ ਜੰਗ ਦੇ ਮੈਦਾਨ ਵਿੱਚ ਲੜਨ ਦੇ ਲਈ ਜੂਝ ਜਾਂਦੇ ਨੇ,
ਉਸੇ ਤਰ੍ਹਾਂ ਜੂਝੇ ਹੋਏ ਨੇ ਜੰਗ ਦੇ ਮੈਦਾਨ ਵਿੱਚ, ਕਿਉਂਕਿ ਇਹ ਵੀ ਜਿਹੜਾ ਸਮਾਂ ਜੰਗ ਦੇ ਮੈਦਾਨ ਕੋਲੋਂ ਘੱਟ ਨਹੀਂ ਹੈ। ਇਸ ਕਰਕੇ ਸਾਨੂੰ ਸੰਸਾਰ ਜਾਣੂ ਹੋਣਾ ਚਾਹੀਦਾ ਇਸ ਗੱਲ ਤੋਂ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਨੇ, ਕੀ ਸੋਚ ਲੈ ਕੇ ਜੰਮੂ ਕਸ਼ਮੀਰ ਦੇ ਪ੍ਰਬੰਧਕ ਚੱਲ ਰਹੇ ਨੇ, ਕੀ ਸੋਚ ਲੈ ਕੇ ਵਲੰਟੀਅਰਸ ਚੱਲ ਰਹੇ ਨੇ, ਔਰ ਕਿਸ ਤਰ੍ਹਾਂ ਦੇ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਜ਼ਰੂਰੀ ਵੀ ਹੈ, ਔਰ ਸਾਡਾ ਇਹ ਮੇਨ ਮਕਸਦ ਇਹ ਹੁੰਦਾ ਕਿ ਜਿਹੜੇ ਜਿਹੜੇ ਵੀ ਸੇਵਾਦਾਰ ਅਗਾਹ ਕੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਕੁੱਝ ਨਾ ਕੁੱਝ ਵਿਚਾਰ ਚੱਲਦੇ ਹੁੰਦੇ ਨੇ, ਉਹ ਵਿਚਾਰ ਸਾਨੂੰ ਵੀ ਲੈ ਲੈਣੇ ਚਾਹੀਦੇ ਹੁੰਦੇ ਨੇ, ਔਰ ਦੂਸਰੀਆਂ ਜਿਹੜੀਆਂ ਸੰਸਥਾਵਾਂ ਸੇਵਾਵਾਂ ਕਰ ਰਹੀਆਂ ਨੇ ਸ਼ਾਇਦ ਉਹਨਾਂ ਦੇ ਵੀ ਪਤੇ ਦੇ ਹੋਣ, ਸ਼ਾਇਦ ਉਹਨਾਂ ਵਿਚਾਰਾਂ ਦੇ ਵਿੱਚੋਂ ਉਹ ਕਹਿ ਵੀ ਸਕਦੇ ਨੇ ਕਿ ਇਹ ਵਿਚਾਰ ਤੁਹਾਡੇ ਇੱਥੇ ਏਦਾਂ ਹੋਣੇ ਚਾਹੀਦੇ ਸੀ ਜਾਂ ਏਦਾਂ ਤੁਸੀਂ ਹੋਰ ਦੇ ਸਕਦੇ ਹੋ। ਬਿਲਕੁਲ, ਅਸੀਂ ਤਾਂ ਕਹਿੰਦੇ ਕਿ ਕੋਆਰਡੀਨੇਸ਼ਨ ਔਰ ਮੈਨੇਜਮੈਂਟ, ਆਪਸ ਦੇ ਵਿੱਚ ਕੋਆਰਡੀਨੇਸ਼ਨ ਤੇ ਮੈਨੇਜਮੈਂਟ ਕਰਕੇ ਜੇਕਰ ਅਸੀਂ ਚੱਲਦੇ ਹਾਂ ਤਾਂ ਸੇਵਾਵਾਂ ਨੂੰ ਹੋਰ ਜ਼ਿਆਦਾ ਨਿਖਰਵਾਂ ਰੂਪ ਦਿੱਤਾ ਜਾ ਸਕਦਾ, ਹੋਰ ਜ਼ਿਆਦਾ ਵਧੇ ਤਰੀਕੇ ਦੇ ਨਾਲ ਅਸੀਂ ਸੇਵਾਵਾਂ ਸਹੀ ਲੋਕਾਂ ਦੇ ਤੱਕ ਪਹੁੰਚਾ ਸਕਦੇ ਹਾਂ। ਮੇਰੇ ਜਿਹੜੇ ਡਾਕਟਰ ਵੀਰ ਸਾਡੇ ਇੱਥੇ ਬੈਠੇ ਨੇ, ਬੜੀ ਅੰਤਕ ਸੇਵਾ ਕਰ ਰਹੇ ਜੀ, ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲੀ ਗੱਲ ਹੈ। ਕਿਉਂਕਿ ਡਾਕਟਰ ਸਾਹਿਬ, ਕਿਉਂਕਿ ਤੁਸੀਂ ਦੇਖੋ ਨਾ, ਇੱਕ ਡਾਕਟਰ ਦਾ ਫੋਨ ਅਟੈਂਡ ਕਰਨਾ ਹੀ ਬੜੀ ਇੰਪੋਰਟੈਂਟ ਗੱਲ ਹੋ ਜਾਂਦੀ ਹੈ ਕਿ ਜਿਹੜਾ ਕੋਵਿਡ ਦੇ ਵਿੱਚ ਹੁੰਦਾ। ਬਿਲਕੁਲ, ਮੇਰੇ ਇੱਕ ਤੇ ਇੱਕ ਵੀਰ ਡਾਕਟਰ ਸਾਹਿਬ ਹੈਗੇ ਨੇ, ਡਾਕਟਰ ਵਿਕਰਮ ਸਿੰਘ ਜੀ ਹੈਗੇ, ਤੇ ਕਿਤੇ ਗੱਲ ਚੱਲੀ, ਕਹਿੰਦਾ ਕਿ ਯਾਰ ਸਵੇਰੇ ਵੀ ਫੋਨ ਕਰਦਾ, ਕਹਿੰਦਾ ਮੈਨੂੰ ਇੱਕ ਸੈਕਿੰਡ ਵੀ ਫੁਰਸਤ ਨਹੀਂ ਹੁੰਦੀ। ਮੈਂ ਕਿਹਾ ਡਾਕਟਰ ਸਾਹਿਬ, ਲੋਕਾਂ ਨੂੰ ਇਸ ਵਕਤ ਤੁਹਾਡੇ ਇਮਤਿਹਾਨ ਦੀ ਘੜੀ ਹੈ, ਕਿਉਂਕਿ ਇਸ ਵਕਤ ਤੁਹਾਨੂੰ ਇਮਤਿਹਾਨ ਦੀ ਘੜੀ ਹੈ, ਤੇ ਜਿਤਨੀ ਮਾਰੇ ਨੇ ਤੁਹਾਡੇ ਕੋਲ ਸੇਵਾ ਲੈਣੀ ਹੈ, ਤੁਸੀਂ ਕੋਸ਼ਿਸ਼ ਕਰੋ ਕਿ ਹਰ ਬੰਦੇ ਨੂੰ ਪਹੁੰਚਿਆ ਜਾਏ, ਹਰ ਬੰਦੇ ਨੂੰ ਤੁਹਾਡੀ ਐਡਵਾਈਸ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਔਰ ਇਹ ਚੀਜ਼ ਹੈ ਕਿ ਇਸ ਸਮੇਂ ਡਾਕਟਰ ਅਗਰ ਪੇਸ਼ੈਂਟ ਦੇ ਨਾਲ ਕਾਫੀ ਜ਼ਿਆਦਾ ਉਹਨੂੰ ਪੈਂਪਰ ਕਰਕੇ ਪਿਆਰ ਦੇ ਨਾਲ ਗੱਲ ਹੀ ਕਰ ਲੈਣ ਤਾਂ ਪੇਸ਼ੈਂਟ ਲੱਗਦਾ ਕਿ ਅੱਧਾ ਤੇ ਵੈਸੇ ਹੀ ਠੀਕ ਹੋ ਜਾਏਗਾ। ਅੱਜ ਦੀ ਮੀਟਿੰਗ ਵਿੱਚ ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ। ਅੱਜ ਦੀ ਮੀਟਿੰਗ ਵਿੱਚ ਵੀ ਅਸੀਂ ਇੱਕ ਡਿਸੀਜਨ ਲਿੱਤਾ ਕਿ ਜਿਹੜੇ ਸਾਡੇ ਪੈਰਾਮੈਡੀਕਲ ਸਟਾਫ ਹੈਗੇ, ਕਿਉਂਕਿ ਕੁਝ ਐਸੇ ਵੀ ਬੰਦੇ ਹੁੰਦੇ ਜਿਹਨਾਂ ਨੂੰ ਇੰਜੈਕਸ਼ਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਸਾਰੇ ਬੰਦੇ ਇੰਜੈਕਸ਼ਨ ਨਹੀਂ ਕਰ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ ਅੱਜ, ਅਸੀਂ ਜਿਹੜੇ ਆਪਣੇ ਹਰ ਮਹੱਲੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਨਾਊਂਸਮੈਂਟ ਕਰਾਂਗੇ ਗੁਰਦੁਆਰਾ ਸਾਹਿਬ ਤੋਂ ਕਿ ਜਿਹੜੇ ਪੈਰਾਮੈਡੀਕਲ ਸਟਾਫ ਹਨ, ਹਰ ਮਹੱਲੇ ਦੇ ਵਿੱਚ ਦੋ ਦੋ ਬੰਦੇ ਹੋਣੇ ਚਾਹੀਦੇ, ਤਾਂ ਕਿ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਇੰਜੈਕਸ਼ਨ ਦੀ ਵੀ ਜ਼ਰੂਰਤ ਹੈ, ਚਾਹੇ ਬਲੱਡ ਸੈਂਪਲ ਕੱਢਣਾ ਹੋਵੇ, ਚਾਹੇ ਕੁਝ ਵੀ ਕਰਨਾ ਹੋਵੇ, ਤੇ ਜਿੰਨੀ ਉਹਨਾਂ ਦੀ ਸੇਵਾ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਉਹਨਾਂ ਨੂੰ। ਜੀ ਬਿਲਕੁਲ, ਔਰ ਮੈਂ ਤੁਹਾਨੂੰ ਇਹ ਵੀ ਰਿਕੁਐਸਟ ਕਰਾਂਗੀ ਕਿ ਤੁਸੀਂ ਆਪਣਾ ਜਿਹੜਾ ਫੋਨ ਨੰਬਰ ਉਹ ਵੀ ਡ੍ਰੌਪ ਕਰ ਦਿਓ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਜਿਹੜਾ ਇਹ ਹੈਲਪਲਾਈਨ ਨੰਬਰ ਹੈ 9035509055, ਇਹ ਸਾਡਾ ਹੈਲਪਲਾਈਨ ਨੰਬਰ ਹੈਗਾ ਜੀ। ਜੀ, ਔਰ ਇਹ 24 ਆਵਰਸ ਔਨ ਹੀ ਰਹਿੰਦਾ? ਨਹੀਂ ਨਹੀਂ, ਫੋਨ ਤੇ ਚੱਲਦਾ ਜੀ, ਫੋਨ ਤੇ ਚੱਲਦਾ, ਫੋਨ ਦੀ ਕੋਈ ਪਰੇਸ਼ਾਨੀ ਨਹੀਂ ਹੈ ਜੀ। 24 ਘੰਟੇ ਮਤਲਬ, ਔਰ 24 ਘੰਟੇ ਜਦੋਂ ਮਰਜ਼ੀ ਵੀ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਕਿ ਰਾਤ ਨੂੰ ਵਲੰਟੀਅਰਸ ਬੈਠੇ, ਉਹ ਹੋ ਸਕਦਾ ਕਿ ਉਸ ਟਾਈਮ ਉਹਨੂੰ ਜਵਾਬ ਨਾ ਮਿਲੇ, ਫਿਰ ਅਸੀਂ ਫਿਰ ਥਰੂ ਕਾਨਫਰੰਸ ਦੇ ਨਾਲ ਡਾਕਟਰ ਸਾਹਿਬ ਉਹਨਾਂ ਨੂੰ ਗੱਲ ਕਰਵਾਉਂਦੇ ਹਾਂ, ਬਈ ਉਹਨੂੰ ਪੁੱਛਦੇ ਹਾਂ ਕਿ ਸੈਚੁਰੇਸ਼ਨ ਕਿੰਨੀ ਹੈ, ਫੀਵਰ ਕਿੰਨਾ ਹੈ, ਕਿਉਂਕਿ ਡਾਕਟਰ ਕਲੀਨਿਕਲੀ ਤਾਂ ਡਾਕਟਰ ਹੀ ਅੱਛੀ ਤਰੀਕੇ ਨੂੰ ਗਾਈਡ ਕਰ ਸਕਦਾ ਹੈ ਨਾ ਜੀ। ਤੇ ਸਾਡੀ ਹੁੰਦੀ ਹੈ ਕਿ ਜਿਹੜੀ ਸਾਡੀ ਹਰ ਮੈਸੇਜ ਆਏ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਉਂਦੇ ਹਾਂ ਜੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ, ਔਰ ਕਿਉਂਕਿ ਸਾਨੂੰ ਪਤਾ ਕਿ ਤੁਹਾਡਾ ਜਿਹੜਾ ਰੁਝੇਵੇਂ ਕਾਫੀ ਜ਼ਿਆਦਾ ਹੈ ਨੇ, ਸਮੇਂ ਸੇਵਾਵਾਂ ਦੇ ਰਹੇ ਹੋ ਤੁਸੀਂ, ਪਰ ਫਿਰ ਵੀ ਅਸੀਂ ਸਮੇਂ ਸਮੇਂ ਤੇ ਤੁਹਾਡੇ ਸੁਝਾਅ ਜਿਹੜੇ ਦਰਸ਼ਕਾਂ ਦੇ ਰੂਬਰੂ ਕਰਦੇ ਰਵਾਂਗੇ। ਕੋਈ ਵੀ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਸਮਾਜ ਦੇ ਰੂਬਰੂ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਕਬਾਣੀ ਚੈਨਲ ਦੇ ਰਾਹੀਂ ਆਪਣਾ ਸੁਨੇਹਾ ਜਿਹੜਾ ਦੇ ਸਕਦੇ ਹੋ। ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੇ ਬਹੁਤ ਸੋਹਣੇ ਸੁਝਾਅ ਵੀ ਰੱਖੇ ਨੇ ਸਾਨੂੰ, ਕਾਫੀ ਜ਼ਿਆਦਾ ਸਲਾਹ ਜਿਹਨੂੰ ਕਹਿੰਦੇ ਨੇ ਉਹ ਵੀ ਸਾਨੂੰ ਲੈ ਵੀ ਲੈਣੀਆਂ ਚਾਹੀਦੀਆਂ ਅਗਰ ਕੋਈ ਵੀ ਸਾਨੂੰ ਸਲਾਹ ਦਿੱਤੀ ਜਾਂਦੀ ਹੈ, ਔਰ ਕਿਸ ਤਰ੍ਹਾਂ ਕਸ਼ਮੀਰ ਦੇ ਅੰਦਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਔਰ ਕਿਸ ਤਰ੍ਹਾਂ ਹੁਣ ਦੇ ਮੌਜੂਦਾ ਹਾਲਾਤ ਨੇ ਕਸ਼ਮੀਰ ਦੇ ਅੰਦਰ, ਇਹਦੇ ਬਾਰੇ ਵੀ ਸਾਨੂੰ ਜਿਹੜਾ ਉਹਨਾਂ ਨੇ ਚਾਨਣਾ ਪਾਇਆ, ਤੇ ਔਰ ਉਹਨਾਂ ਨੇ ਕਿ ਕਿਸ ਤਰ੍ਹਾਂ ਉੱਥੋਂ ਦੀ ਮੈਨੇਜਮੈਂਟ ਕਮੇਟੀ, ਗੁਰਦੁਆਰਾ ਮੈਨੇਜਮੈਂਟ ਪ੍ਰਬੰਧਕ ਕਮੇਟੀ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਔਰ ਆਸੇ ਪਾਸੇ ਦੇ ਜਿਹੜੇ ਇਲਾਕੇ ਨੇ ਉੱਥੋਂ ਦੀਆਂ ਜਿਹੜੀਆਂ ਕਮੇਟੀਆਂ ਮਿਲ ਕੇ ਕਿੱਦਾਂ ਮੀਟਿੰਗਸ ਕਰਕੇ ਸੇਵਾਵਾਂ ਦੀ ਅਗਾਂਹ ਆਉਣ ਵਾਲੇ ਸਮੇਂ ਦੀ
ਤਿਆਰੀ ਕਰਦੀਆਂ ਨੇ ਤੇ ਹੁਣ ਕਿੱਦਾਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਇਹਦੇ ਉੱਤੇ ਜਿਹੜਾ ਸਾਰਾ ਉਹਨਾਂ ਨੇ ਵੇਰਵਾ ਦਿੱਤਾ ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਵੇਖਦੇ ਰਹੋ ਇੱਕ ਬਾਣੀ ਚੈਨਲ ਤੇ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।